ਵਿਜੀਲੈਂਸ ਬਿਊਰੋ ਨੇ ਜਲੰਧਰ ਵਿਖੇ ਇੱਕ ਪਟਵਾਰੀ ਨੂੰ 19,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਸ਼ਿਕਾਇਤਕਰਤਾ ਰਾਜਕੁਮਾਰ ਵਾਸੀ ਗੜਾ ਨੇ ਦੱਸਿਆ ਕਿ DC ਦਫ਼ਤਰ ਜਲੰਧਰ ਵਿਖੇ ਤਾਇਨਾਤ ਪਟਵਾਰੀ ਰਜਿੰਦਰ ਸਿੰਘ ਵਿਰਾਸਤੀ ਇੰਤਕਾਲ ਬਦਲੇ ਉਹਨਾਂ ਤੋਂ 1.5 ਲੱਖ ਰੁਪਏ ਰਿਸ਼ਵਤ ਮੰਗ ਰਿਹਾ ਸੀ ਅਤੇ ਸੌਦਾ 80,000 ਰੁਪਏ ਵਿੱਚ ਤੈਅ ਹੋਇਆ ਸੀ, ਜਿਸ ਦੀ ਪਹਿਲੀ ਕਿਸ਼ਤ ਦਿੱਤੀ ਜਾਣੀ ਸੀ। ਪਟਵਾਰੀ ਸਾਹਿਬ ਕੋਲ ਪੁਰਾਣਾ ਇੰਤਕਾਲ ਸੀਗਾ ਬੇਗਮ ਸਿੰਘ ਦੇ ਨਾਂ 'ਤੇ, ਫਿਰ ਨੰਦ ਲਾਲ ਦੇ ਨਾਂ 'ਤੇ ਥਾਂ ਸੀ, ਨੰਦ ਲਾਲ ਸੰਦ ਵਿੱਚ ਹੀ ਆ ਉਹਦਾ ਸੀਗਾ ਵਿਰਾਸਤ ਇੰਤਕਾਲ, ਅਤੇ ਉਹਦੇ ਲਈ ਪਟਵਾਰੀ ਕੋਲ ਗਿਆ ਸੀ ਮੈਂ। ਪਟਵਾਰੀ ਕਹਿਣ ਲੱਗਾ ਵੀ ਗੱਲ ਇੱਦਾਂ ਇਹ ਹੈਗਾ ਪੁਰਾਣਾ ਤੇਰਾ, ਅਤੇ ਤੇਰਾ ਲੱਗਣਾ 1.5 ਲੱਖ ਰੁਪਈਆ। ਪਟਵਾਰੀ ਨੇ ਗੱਲ ਹੋਈ ਮੁਨਸ਼ੀ ਨਾਲ, ਪਟਵਾਰੀ ਗੱਲ ਨਹੀਂ ਕਰਦਾ ਸੀਗਾ, ਮੁਨਸ਼ੀ ਕਹਿੰਦਾ ਰੁਪਈਆ 1.5 ਲੱਖ ਲੱਗਣਾ ਹੈਗਾ। ਮੇਰੀ ਸਭ ਪਟਵਾਰੀ ਸਾਹਿਬ ਗੱਲ ਹੋ ਗਈ, ਮੈਂ ਮੇਰੀ ਗੱਲ 'ਤੇ ਜਾ ਪਟਵਾਰੀ ਸਾਹਿਬ ਨੂੰ, ਕਹਿੰਦਾ ਪਟਵਾਰੀ ਸਾਹਿਬ ਗੱਲ ਨਹੀਂ ਕਰਨੀ, ਸਾਰਾ ਕੰਮ ਮੈਂ ਹੀ ਕਰਨਾ। ਫਿਰ ਕਰਦੇ ਕਿਰਾਏ ਇਹ ਆ ਗਏ 1 ਲੱਖ ਰੁਪਏ। ਮੈਂ ਤਾਂ 1.5 ਲੱਖ ਬਹੁਤ ਜ਼ਿਆਦਾ ਮਿਹਨਤ ਦੇ ਸਕਦਾ, 1 ਲੱਖ ਰੁਪਏ 'ਤੇ ਆ ਗਿਆ। 1 ਲੱਖ ਰੁਪਈਆ ਕਰਦੇ ਕਰਦੇ ਮੇਰੇ ਕਾਗਜ਼ ਵਾਪਸ ਆ ਜਾਏ, ਮੈਂ ਨਹੀਂ ਵੀ ਮੇਰੇ ਗੁੰਜਾਇਸ਼ ਨਹੀਂ ਮਿਹਣੀ। ਅਤੇ ਫਿਰ ਬਾਅਦ 'ਚ ਮੈਨੂੰ ਫੋਨ ਕੀਤਾ 2-3 ਦਿਨ ਬਾਅਦ, ਮੈਂ ਪੈਸੇ ਘਟਾ, ਕਹਿੰਦਾ ਤੁਸੀਂ ਦਫ਼ਤਰ ਆਫਰ ਗੱਲ ਕਰਦੇ ਆ। ਹੁਣ ਇੱਥੇ ਆਇਆ ਤਾਂ ਲਾਸਟ ਗੱਲ ਹੋਈ 80,000, ਕਹਿੰਦੇ ਇਹ ਤੋਂ ਘੱਟ ਨਹੀਂ ਲੈਣੇ, ਕਰਾਉਣਾ ਕਰਾ, ਨਹੀਂ ਤੈਨੂੰ ਕਾਗਜ਼ ਵਾਪਸ ਆ। ਫਿਰ ਆਪਣੀ ਜਿਵੇਂ ਇੱਥੇ ਆਏ ਨਾ ਕੋਲ ਵਿਰਾਸਤ ਇੰਤਕਾਲ ਰਿਸ਼ਤੀ ਦਾ, ਮੇਰੀ ਪ੍ਰੋਪਰਟੀ ਹੈਗੀ ਨਾ, ਫਾਦਰ ਨਾਲ ਰਿਸ਼ਤੀ ਹੈਗੀ ਆ, ਅਤੇ ਇਹਦਾ ਇੰਤਕਾਲ ਸੀਗਾ, ਉਹ ਦੇਤੀ ਅੰਦਰ ਦੇਤੀ ਰਿਸ਼ਤੀ ਲੜੇ। ਉੱਧਰ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਨਿਰੰਜਨ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਨੇ ਰਾਜਕੁਮਾਰ ਦੀ ਸ਼ਿਕਾਇਤ 'ਤੇ ਟਰੈਪ ਲਗਾ ਕੇ ਪਟਵਾਰੀ ਅਤੇ ਉਸਦੇ ਕਰਿੰਦੇ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਅੱਜ ਰਾਜਕੁਮਾਰ ਨਦਈਆ ਸਾਡਾ ਕਲੀਨਰ ਜਿਹੜਾ, ਉਹਦੇ ਫਾਦਰ ਦੀ ਜਿਹੜੀ ਆ 92 ਦੇ ਵਿੱਚ ਡੈਥ ਹੋਈ ਸੀ, ਜਿਹੜੀ ਇਹਨਾਂ ਦੀ ਰਿਹਾਇਸ਼ ਸੀਗੀ ਉਹ ਫਾਦਰ ਦੇ ਨਾਂ 'ਤੇ ਰਜਿਸਟਰੀ ਸੀਗੀ। ਜਿਹੜਾ ਵਿਰਾਸਤ ਦਾ ਇੰਤਕਾਲ ਕਰਾਉਣ ਲਈ ਜਿਹੜਾ ਤਹਿਸੀਲਦਾਰ ਸਾਹਿਬ ਦੇ ਦਰਖਾਸਤ ਇਹਨੇ ਦਿੱਤੀ ਸੀਗੀ, ਉਹ ਵਿਰਾਸਤ ਦਾ ਇੰਤਕਾਲ ਜਿਹੜਾ ਦਰਖਾਸਤ ਕਿ ਮਾਰਕ ਜਿਹੜੀ ਹੈ ਹਰਵਿੰਦਰ ਸਿੰਘ ਪਟਵਾਰੀ ਨੂੰ ਹੋਈ ਸੀ। ਜਦੋਂ ਇਹਦੇ ਕੋਲ ਗਿਆ ਤਾਂ ਉਹ ਕਹਿੰਦਾ ਵੀ ਇਹਨੇ ਇੱਕ ਗਾਂ ਅੱਗੇ ਆਪਣਾ ਇੱਕ ਕਰਿੰਦਾ ਰੱਖਿਆ ਹੋਇਆ ਪਟਵਾਰੀ ਨੇ ਕੰਮ ਕਰਨ ਵਾਸਤੇ, ਡੋਨਲਡ ਕਨੇਜਾ ਨਾਂ। ਉਹਨੇ ਕਿਹਾ ਵੀ ਮੇਰੇ ਕਰਿੰਦੇ ਨਾਲ ਗੱਲ ਕਰ ਲੈ। ਜਦੋਂ ਕਰਿੰਦੇ ਨਾਲ ਗੱਲ ਕੀਤੀ ਅਤੇ ਉਹਨੇ ਜਿਹੜਾ ਪਹਿਲਾਂ 1.5 ਲੱਖ ਦੀ ਮੰਗ ਰੱਖੀ, ਫਿਰ ਉਸ ਤੋਂ ਬਾਅਦ 80,000 ਜਿਨ੍ਹਾਂ ਦੀ ਡੀਲ ਤੈਅ ਹੋਈ। 80,000 ਦੀਆਂ ਉਹ ਕਹਿੰਦਾ ਵੀ ਮੈਂ ਗਰੀਬ ਬੰਦਾ, ਮੈਂ ਇਕੱਠਾ ਨਹੀਂ ਦੇ ਸਕਦਾ। ਉਹ ਕਹਿੰਦੇ ਵੀ ਇੰਸਟਾਲਮੈਂਟ ਦੇ ਦੇ, 20,000 ਦੀਆਂ 4 ਕਿਸ਼ਤਾਂ ਕਰ ਲਈਆਂ। ਜਦੋਂ ਜਿਸ ਦਿਨ ਦਰਖਾਸਤ ਉਹਨੇ ਤਹਿਸੀਲਦਾਰ ਸਾਹਿਬ ਤੋਂ ਮਾਰ ਕਰਾ ਕੇ ਦਿੱਤੀ ਹੈ, ਅਤੇ ਉਹਨੇ ਜਿਹੜਾ ਕਿਹਾ ਖਾਲੀ ਦਰਖਾਸਤ ਨਹੀਂ ਲੈਣੀ, 1,000 ਰੁਪਈਆ ਫਿਰ ਉਹਨੇ ਦਰਖਾਸਤ ਦੇ ਨਾਲ ਉਹਦੇ ਕੋਲ ਉਸ ਟਾਈਮ 'ਤੇ 1,000 ਰੁਪਈਆ ਉਹਨੂੰ ਦੇ ਦਿੱਤਾ। ਬਾਕੀ 19,000 ਰੁਪਈਏ ਦੇ ਵਿੱਚ ਜਿਹੜਾ ਆ ਅੱਜ ਜਦੋਂ ਉਹਦੀ ਮੰਗ ਸੀਗੀ, ਉਹਦੇ ਮੰਗਣ 'ਤੇ ਉਹਨੇ 19,000 ਰੁਪਈਆ ਕਰਿੰਦੇ ਨੇ ਫੜ ਕੇ ਪਟਵਾਰੀ ਦੇ ਇਕੱਠੇ ਦਫ਼ਤਰ ਦੇ ਵਿੱਚ ਬੈਠੇ ਸੀਗੇ ਕੈਬਨ 'ਚ, ਅਤੇ ਕਰਿੰਦੇ ਨੇ ਜਿਹੜਾ 20,000 ਰੁਪਈਆ ਫੜ ਕੇ ਪਟਵਾਰੀ ਦੇ ਦਰਾਜ ਦੇ ਵਿੱਚ ਰੱਖ ਦਿੱਤਾ। ਪਰਤਾ ਪਟਵਾਰੀ ਦੀ ਸਹਿਮਤੀ ਦੇ ਨਾਲ ਉਹਨੂੰ ਅਸੀਂ ਜਿਹੜਾ ਦੋਨਾਂ ਨੂੰ ਰੈਂਡਡ ਜਿਹੜਾ ਆ ਟਰੈਪ ਲਾ ਕੇ ਗ੍ਰਿਫਤਾਰ ਕੀਤਾ। ਦੋਨਾਂ ਦਾ ਜਿਹੜਾ ਆ ਹਜੇ ਇਨੀਸ਼ੀਅਲ ਸਟੇਜ 'ਤੇ ਪੁੱਛਗਿੱਛ ਚੱਲ ਰਹੀ ਆ। ਵੈਸੇ ਇਹਨੇ ਦੱਸਿਆ ਵੀ 7-8 ਸਾਲ ਤੋਂ ਮੈਂ ਇਹਦੇ ਨਾਲ ਕੰਮ ਕਰ ਰਿਹਾ, ਪਟਵਾਰੀ ਗੜੇ ਦਾ ਰਹਿਣ ਵਾਲਾ। ਉਹ ਇਨਵੈਸਟੀਗੇਸ਼ਨ ਕਰਾਂਗੇ, ਪਤਾ ਮੇਰਾ ਨਿਰੰਜਨ ਸਿੰਘ ਕੀ ਆ।